ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਸਵਰਨਦੀਪ ਸਿੰਘ ਦੀਆਂ ਹਦਾਇਤਾਂ ਦੇ ਚੱਲਦਿਆਂ ਮਾੜੇ ਅਨਸਰਾਂ ਵਿਰੁੱਧ ਵੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆ SI ਗੁਰਚਰਨ ਸਿੰਘ ਥਾਣਾ ਸਿਟੀ ਕੋਟਕਪੂਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਪੁਲਿਸ ਵੱਲੋਂ DSP ਕੋਟਕਪੂਰਾ ਸਰਦਾਰ ਬਲਕਾਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਅਤੇ SI ਬਲਵਿੰਦਰ ਸਿੰਘ CIA ਸਟਾਫ ਜੇਤੋ ਦੀ ਨਿਗਰਾਨੀ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਵੱਢੀ ਗਈ ਸਪੈਸ਼ਲ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਰਾਜਕੁਮਾਰ CIA ਸਟਾਫ ਜੇਤੋ ਕਰਮਚਾਰੀਆਂ ਦੇ ਨਾਲ ਨੇੜੇ ਮਿਲਣ ਪੈਲਸ ਮੋਗਾ ਰੋਡ ਕੋਟਕਪੂਰਾ ਵਿਖੇ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਮੋਗਾ ਰੋਡ ਤੋਂ ਇੱਕ ਮੋਨਾ ਨੌਜਵਾਨ ਜੋ ਕਿ ਮੋਟਰਸਾਈਕਲ 'ਤੇ ਆ ਰਿਹਾ ਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਇੱਕਦਮ ਘਾਬਰ ਕੇ ਪਿੱਛੇ ਨੂੰ ਮੁੜਨ ਲੱਗਾ ਅਤੇ ਉਸਨੇ ਮੋਟਰਸਾਈਕਲ ਦੇ ਹੈਂਡਲ ਨਾਲ ਲਟਕ ਰਿਹਾ ਕਾਲਾ ਲਿਫਾਫਾ ਖੇਤਾਨਾ ਵਿੱਚ ਸੁੱਟ ਦਿੱਤਾ, ਜਿਸ ਕਰਕੇ ਉਸ ਕਾਲੇ ਲਿਫਾਫੇ ਵਿੱਚ ਪਏ ਨਸ਼ੀਲੀਆਂ ਗੋਲੀਆਂ ਦੇ ਪੱਤੇ ਖਿਲਰ ਗਏ ਅਤੇ ਮੋਟਰਸਾਈਕਲ ਵਾਲਾ ਮੋਗਾ ਰੋਡ ਨੂੰ ਭੱਜਣ ਲੱਗਿਆ ਤਾਂ ਉਸਦਾ ਮੋਟਰਸਾਈਕਲ ਬੰਦ ਹੋ ਗਿਆ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ SI ਬਲਵਿੰਦਰ ਸਿੰਘ CIA ਸਟਾਫ ਜੇਤੋ ਮੌਕੇ 'ਤੇ ਪਹੁੰਚੇ ਅਤੇ ਉਕਤ ਵਿਅਕਤੀ ਫਕੀਰੀਆ ਉਰਫ ਤਰਸ਼ ਪੁੱਤਰ ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਿੜਸੜੀ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਕਾਬੂ ਕਰਕੇ ਉਸ ਪਾਸੋਂ ਕੁੱਲ 190 ਪੱਤੇ ਨਸ਼ੀਲੀਆਂ ਗੋਲੀਆਂ, ਹਰੇਕ ਪੱਤੇ ਵਿੱਚ 10 ਗੋਲੀਆਂ ਦੇ ਹਿਸਾਬ ਨਾਲ ਪੂਰੀਆਂ 1900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਦੋਸ਼ੀ ਫਕੀਰੀਆ ਉਰਫ ਤਰਸ਼ ਨੂੰ ਅੱਜ ਮਾਨਯੋਗ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਹ ਗੋਲੀਆਂ ਕਿੱਥੋਂ ਲਿਆਂਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀ ਇਸ ਦਾ ਪਤਾ ਲਗਾਇਆ ਜਾ ਸਕੇ। ਕੋਟਕਪੂਰਾ ਦਾ ਪੱਤਰਕਾਰ ਰੋਹਿਤ ਆਜ਼ਾਦ ਦੀ ਰਿਪੋਰਟ। ਸਰ ਆਪਣੇ ਕੀ ਮਾਮਲਾ ਹੈ? ਮਾਮਲਾ ਜੀ NDPS ਮੁਕੱਦਮੇ ਤਹਿਤ ਇੱਕ ਰਿਕਵਰੀ ਹੋਈ ਹੈ। ਕੱਲ੍ਹ 11 ਵਜੇ ਦੇ ਆਸ ਪਾਸ ਇੱਕ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆ ਰਿਹਾ ਸੀਗਾ ਮੇਲਨ ਪੈਲਸ ਕੋਲ ਮੋਗਾ ਸੜਕ 'ਤੇ, ਉੱਥੇ ਨਾਕਾਬੰਦੀ ਕੀਤੀ ਹੋਈ ਸੀ। ਮਾਨਯੋਗ SSP ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜੀ ਨਸ਼ਾ ਛਡਾਊ ਜਾਂ ਨਸ਼ਾ ਰੋਕੂ ਮੁਹਿੰਮ ਦੇ ਤਹਿਤ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਚੱਲ ਰਹੀ ਸੀ, ਅਚਾਨਕ ਇੱਕ ਵਿਅਕਤੀ ਮੋਟਰਸਾਈਕਲ 'ਤੇ ਆਇਆ ਜਿਹੜਾ ਆਪਣੇ ਪਾਸ ਜਿਹੜਾ ਨਸ਼ੀਲੇ ਪਦਾਰਥਾਂ ਦਾ ਸੀਗਾ ਕਾਲਾ ਲਿਫਾਫਾ ਸੁੱਟ ਕੇ ਖਤਾਨਾ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਨੂੰ ਉੱਥੇ ਕਾਬੂ ਕਰਕੇ ਅਤੇ ਜਿਹਦੀ ਤਫਤੀਸ਼ ਅੱਗੇ SI ਬਲਵਿੰਦਰ ਸਿੰਘ ਨੇ ਲਿਆਂਦੀ, ਉਸ ਕੋਲੋਂ 1900 ਗੋਲੀਆਂ ਟਮਾਡੋਲ ਹਾਈਡਰੋਕਲੋਰਾਈਡ ਬਰਾਮਦ ਕੀਤੀਆਂ ਗਈਆਂ, ਜਿਹਦੇ ਅਗੇਂਸਟ ਪਰਚਾ ਨੰਬਰ 92 ਸੈਕਸ਼ਨ 22C NDPS ਐਕਟ ਦਰਜ ਕੀਤਾ ਗਿਆ। ਸਰ ਜਿਹੜਾ ਪਕੜਿਆ ਗਿਆ ਇਸ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਫਿਲਹਾਲ ਇਹਦੇ ਵਾਸਤੇ ਅਸੀਂ ਪਤਾ ਕੀਤਾ ਜਾ ਰਿਹਾ ਅਤੇ ਪਰ ਉਹਦੀ ਪੁਸਤਕ ਤੋਂ ਹਜੇ ਕੋਈ ਪਹਿਲਾ ਮਾਮਲਾ ਉਹਦੇ 'ਤੇ ਦਰਜ ਨਹੀਂ ਕੀਤਾ ਗਿਆ। ਸਰ ਨਾਮ ਇਹਦਾ ਕਿੱਥੇ ਦਾ ਰਹਿਣ ਵਾਲਾ, ਕੀ ਨਾਮ ਹੈ? ਇਹਦਾ ਨਾਮ ਫਕੀਰੀਆਂ ਉਰਫ ਤਰਸ ਹੈ ਜੀ, ਪਿੰਡ ਸਿਰਸਰੀ ਦਾ ਰਹਿਣ ਵਾਲਾ। ਫਰਦਰ ਕੀ ਕਰ ਰਹੇ? ਫਰਦਰ ਅੱਜ ਇਹਨੂੰ ਇਨਵੈਂਟਰੀ ਤਸਦੀਕ ਕਰਵਾ ਕੇ ਮਾਨਯੋਗ ਜੱਜ ਸਾਹਿਬ ਕੋਲੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਵੇਂ ਤਸਦੀਕ ਸਾਹਮਣੇ ਆ ਗਈ ਉਸ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ। ਸਰ ਇਹ ਜਿਹੜੀਆਂ ਗੋਲੀਆਂ ਬਰਾਮਦ ਹੋਈਆਂ ਇਹ ਗਾਂ ਵੇਚਣ ਦੇ ਇੱਥੇ ਇਲਾਕੇ ਦੀ ਵੇਚਣ ਦੀ ਗ੍ਰਾਂਟ ਸੀ ਕਿ ਗਾਂ ਖਰੀਦ ਕੇ ਲੈ ਕੇ ਆਇਆ ਸੀ ਕੋਈ ਹੋਰ ਕਾਰਨ? ਇਹ ਜੀ ਮਨਸੂਬੇ ਦੇਖੋ ਵੇਚਣ ਦੇ ਵੀ ਹੋ ਸਕਦੇ ਆ, ਫਿਲਹਾਲ ਤਬਦੀਲ ਜਾਰੀ ਹੈ ਇਸਦੇ ਵਿੱਚ, ਅਜੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।